ਹੁਣ ਜਦੋਂ ਤੁਹਾਡੇ ਵਰਗੇ ਗਾਇਕਾਂ ਨੂੰ ਜਦੋਂ ਕੋਈ ਧਮਕੀ ਆ ਜਾਂਦੀ ਆ ਤਾਂ ਤੁਸੀਂ ਆਪਦੇ ਨਾਲ ਗਨਮੈਨ ਰੱਖ ਲੈਨੇ ਹੋ ਸਿਪਾਈ ਰੱਖ ਲੈਨੇ ਹੋ ਫਿਰ ਜਿਹੜੇ ਉਹ ਸਿਪਾਈ ਆ ਉਹਨਾਂ ਦੇ ਹੱਥੋਂ ਫਿਰ ਹਥਿਆਰ ਛਡਵਾ ਕੇ ਤੁਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਪ੍ਰਸ਼ਾਦੇ ਦੇ ਦਿਆ ਕਰੋ ਕਿ ਭਾਈ ਜਦੋਂ ਕੱਲ ਨੂੰ ਦੁਸ਼ਮਣ ਸਾਡੇ ਤੇ ਚੜ ਕੇ ਆਵੇ ਨਾਲੇ ਉਹ ਤੁਹਾਡੇ ਪ੍ਰਸ਼ਾਦੇ ਖਾਵੇ ਨਾਲੇ ਤੁਹਾਡੇ ਲਾਵੇ ਚਪੇੜਾ ਪਰ ਹਥਿਆਰ ਕਿਉਂ ਨਹੀਂ ਰੱਖਣੇ ਚਾਹੀਦੇ ਹਥਿਆਰ ਰੱਖਣਾ ਕੋਈ ਗੁਨਾਹ ਹਥਿਆਰ ਦੇ ਪਿੱਛੇ ਜਿਹੜੀ ਸੋਚ ਆ ਉਹ ਚੰਗੀ ਜਾਂ ਮਾੜੀ ਹੋ ਸਕਦੀ ਹੈ ਕਿ ਹਥਿਆਰ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਹਥਿਆਰ ਨਾ ਚੁੱਕਦੇ ਤਾਂ ਜਿੰਨਾਂ ਜ਼ਮੀਨਾਂ ਦੇ ਅਸੀਂ ਮਾਲਕ ਬਣੇ ਬੈਠੇ ਆ ਉਹ ਜ਼ਮੀਨਾਂ ਸਾਡੇ ਕੋਲ ਨਹੀਂ ਹੋਣੀਆਂ ਸੀ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਵੀ ਜੇ ਗੁਰਗੋਬੇ ਸਿੰਘ ਜੀ ਹਥਿਆਰ ਨਾ ਚੱਕਦੇ ਤਾਂ ਉਹ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਦਾ ਸਾਹਮਣਾ ਕਿਵੇਂ ਕਰਦੇ ਪਿੱਛੇ ਜੀ ਇੱਕ ਗਾਇਕ ਦਾ ਬਿਆਨ ਆਇਆ ਕਿ ਹਥਿਆਰ ਨਹੀਂ ਰੱਖਣੇ ਚਾਹੀਦੇ ਸੇਵਾ ਕਰੋ ਤੇ ਲੰਗਰ ਲਾਓ ਪਰਮਾਤਮਾ ਦਾ ਨਾਮ ਜਪੋ ਮੈਂ ਇਸ ਗੱਲ ਤੇ ਬੋਲਣਾ ਤਾਂ ਨਹੀਂ ਸੀ ਚਾਹੁੰਦਾ ਪਰ ਮੇਥੋਂ ਬੋਲੇ ਬਿਨਾ ਰਹਿਣਾ ਨਹੀਂ ਗਿਆ ਮੈਂ ਉਸ ਗਾਇਕ ਨੂੰ ਪੁੱਛਣਾ ਚਾਹਣਾ ਵੀ ਹਥਿਆਰ ਕਿਉਂ ਨਹੀਂ ਰੱਖਣੇ ਚਾਹੀਦੇ ਬਈ ਚਲੋ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਲੰਗਰ ਲਾਉਣੇ ਚਾਹੀਦੇ ਆ ਵਧੀਆ ਗੱਲ ਆ ਪਰ ਹਥਿਆਰ ਕਿਉਂ ਨਹੀਂ ਰੱਖਣੇ ਚਾਹੀਦੇ ਹਥਿਆਰ ਰੱਖਣਾ ਕੋਈ ਗੁਨਾਹ ਨਹੀਂ ਹਥਿਆਰ ਦੇ ਪਿੱਛੇ ਜਿਹੜੀ ਸੋਚ ਆ ਉਹ ਚੰਗੀ ਜਾਂ ਮਾੜੀ ਹੋ ਸਕਦੀ ਹੈ ਕਿ ਹਥਿਆਰ ਨੂੰ ਕਿਸ ਤਰੀਕੇ ਦੇ ਨਾਲ ਵਰਤਣਾ ਮੈਂ ਇੱਕ ਸਵਾਲ ਪੁੱਛਣਾ ਚਾਹਣਾ ਵੀ ਜੇ ਗੁਰੂ ਗੋਬਿੰਦ ਸਿੰਘ ਜੀ ਹਥਿਆਰ ਨਾ ਚੱਕਦੇ ਤਾਂ ਉਹ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਦਾ ਸਾਹਮਣਾ ਕਿਵੇਂ ਕਰਦੇ ਜੇ ਸੈਭ ਜੀ ਆਜਾਤ ਸਿੰਘ ਜੀ ਹਥਿਆਰ ਨਾ ਚੱਕਦੇ ਤਾਂ ਉਹ ਮੁਗਲਾਂ ਦਾ ਸਾਹਮਣਾ ਕਿਵੇਂ ਕਰਦੇ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਹਥਿਆਰ ਚੱਕ ਕੇ ਖੰਡਾ ਨਾ ਖੜਕਾਉਂਦੇ ਤਾਂ ਜਿਨ੍ਹਾਂ ਜ਼ਮੀਨਾਂ ਦੇ ਤੁਸੀਂ ਮਾਲਕ ਬਣੇ ਬੈਠੇ ਹੋ ਕੀ ਇਹ ਜ਼ਮੀਨਾਂ ਤੁਹਾਡੇ ਕੋਲ ਹੋਣੀਆਂ ਸੀ ਇਸ ਗੱਲ ਦਾ ਜਵਾਬ ਦਿਵੋ ਮੈਨੂੰ ਜੇ ਸਿੰਘ ਹਥਿਆਰ ਨਾ ਚੱਕਦੇ ਤਾਂ ਜਦੋਂ ਜਿਹੜੇ ਉਸ ਸਮੇਂ ਮੁਗਲ ਹਿੰਦੁਸਤਾਨ ਦੀਆਂ ਕੁੜੀਆਂ ਨੂੰ ਚੱਕ ਕੇ ਗਜਨੀ ਲੈ ਜਾਂਦੇ ਸੀ ਉੱਥੇ ਜਾ ਕੇ ਉਹਨਾਂ ਦੀ ਬੋਲੀ ਲਾਉਂਦੇ ਸੀ ਜੇ ਹਥਿਆਰ ਨਾ ਹੁੰਦੇ ਤਾਂ ਸਿੱਖ ਉਹ ਹਿੰਦੁਸਤਾਨ ਦੀਆਂ ਕੁੜੀਆਂ ਨੂੰ ਕਿਵੇਂ ਛੜਵਾਉਂਦੇ ਉਹਨਾਂ ਤੋਂ ਇਸ ਗੱਲ ਦਾ ਜਵਾਬ ਹੈ ਤੁਹਾਡੇ ਕੋਲ ਸੋ ਇਸ ਕਰਕੇ ਹਥਿਆਰ ਮਾਰੇ ਨਹੀਂ ਹੁੰਦੇ ਹਥਿਆਰ ਦੇ ਪਿੱਛੇ ਜਿਹੜੀ ਸੋਚ ਆ ਉਹ ਚੰਗੀ ਜਾਂ ਮਾੜੀ ਹੋ ਸਕਦੀ ਆ ਹੁਣ ਜਦੋਂ ਤੁਹਾਡੇ ਵਰਗੇ ਗਾਇਕਾਂ ਨੂੰ ਜਦੋਂ ਕੋਈ ਧਮਕੀ ਆ ਜਾਂਦੀ ਆ ਤਾਂ ਤੁਸੀਂ ਆਪਦੇ ਨਾਲ ਗਨਮੈ ਰੱਖ ਲੈਨੇ ਹੋ ਸਿਪਾਈ ਰੱਖ ਲੈਨੇ ਹੋ ਫਿਰ ਜਿਹੜੇ ਉਹ ਸਿਪਾਈ ਆ ਉਹਨਾਂ ਦੇ ਹੱਥੋਂ ਫਿਰ ਹਥਿਆਰ ਛੜਵਾ ਕੇ ਤੁਸੀਂ ਉਹਨਾਂ ਦੇ ਹੱਥਾਂ ਦੇ ਵਿੱਚ ਪ੍ਰਸ਼ਾਦੇ ਦੇ ਦਿਆ ਕਰੋ ਕਿ ਭਾਈ ਜਦੋਂ ਕੱਲ ਨੂੰ ਦੁਸ਼ਮਣ ਸਾਡੇ ਤੇ ਚੜ ਕੇ ਆਵੇ ਨਾਲੇ ਉਹ ਤੁਹਾਡੇ ਪ੍ਰਸ਼ਾਦੇ ਖਾਵੇ ਨਾਲੇ ਤੁਹਾਡੇ ਲਾਵੇ ਚਪੇੜਾਂ ਕਿਵੇਂ ਕਰੋਗੇ ਫਿਰ ਸਾਹਮਣਾ ਸਾਨੂੰ ਲਾਂਗਰੀ ਬਣਾ ਕੇ ਰੱਖਤਾ ਤੁਸੀਂ ਵੀ ਸੇਖਾਂ ਨੂੰ ਤਾਂ ਭਾਈ ਕੱਲਾ ਲੰਗਰੀ ਲਾਉਣਾ ਆਉਂਦਾ ਬਸ ਸਾਨੂੰ ਕੱਲਾ ਲੰਗਰ ਲਾਉਣਾ ਨਹੀਂ ਆਉਂਦਾ ਜੇ ਅਸੀਂ ਸੇਵਾ ਕਰਨੀ ਜਾਣਦੇ ਆ ਤਾਂ ਆਪਦੇ ਹੱਕ ਲੈਣਾ ਵੀ ਜਾਣਦੇ ਆ ਹੱਕ ਕਿਵੇਂ ਲਏ ਜਾਂਦੇ ਆ ਹਥਿਆਰਾਂ ਦੇ ਨਾਲ ਸੋ ਐਸ ਕਰਕੇ ਜੇ ਬਾਬਾ ਬੰਦਾ ਸਿੰਘ ਬਹਾਦਰ ਜੀ ਹਥਿਆਰ ਨਾ ਚੁੱਕਦੇ ਤਾਂ ਜਿੰਨਾ ਜ਼ਮੀਨਾਂ ਦੇ ਅਸੀਂ ਮਾਲਕ ਬਣੇ ਬੈਠੇ ਆ ਉਹ ਜ਼ਮੀਨਾਂ ਸਾਡੇ ਕੋਲ ਨਹੀਂ ਹੋਣੀਆਂ ਸੀ ਸੋ ਇਸ ਕਰਕੇ ਤੁਸੀਂ ਸੀਨੀਅਰ ਬੰਦੇ ਹੋ ਬੜਾ ਜੂਠ ਤੁਹਾਨੂੰ ਫੋਲੋ ਕਰਦਾ ਇਸ ਕਰਕੇ ਜਿਹੜਾ ਵੀ ਬਿਆਨ ਦੇਣਾ ਹੁੰਦਾ ਬੜੀ ਸੋਚ ਸਮਝ ਕੇ ਤੁਹਾਨੂੰ ਉਹ ਬਿਆਨ ਦੇਣਾ ਚਾਹੀਦਾ ਕਿਉਂਕਿ ਇਸ ਗੱਲ ਦਾ ਜਿਹੜਾ ਅਸਰ ਆ ਉਹ ਜੂਠ ਦੇ ਉੱਪਰ ਹੋਣਾ ਹੁੰਦਾ ਬੜੀ ਵੱਡੀ ਗੈਂਤੀ ਦੇ ਵਿੱਚ ਜਿਹੜਾ ਜੂਠ ਆ ਤੁਹਾਨੂੰ ਫੋਲੋ ਕਰਦਾ ਇਸ ਕਰਕੇ ਲੰਗਰ ਵੀ ਲਾਉਣੇ ਚਾਹੀਦੇ ਆ ਸੇਵਾ ਵੀ ਕਰਨੀ ਚਾਹੀਦੀ ਆ ਜਿੱਥੇ ਦੁਸ਼ਮਣ ਚੜਾਈ ਕਰਕੇ ਆਵੇ ਉੱਥੇ ਫਿਰ ਖੰਡਾ ਵੀ ਖੜਕਾਉਣਾ ਪੈਂਦਾ ਹਥਿਆਰ ਵੀ ਚੁੱਕਣੇ ਪੈਂਦੇ ਆ ਇੱਕ ਪਾਸੇ ਬੰਦਾ ਹਥਿਆਰ ਵਰਤਦਾ ਲੁੱਟਾਂ ਖੋਹਾਂ ਕਰਨ ਦੇ ਲਈ ਦੂਜੇ ਪਾਸੇ ਬੰਦਾ ਹਥਿਆਰ ਵਰਤਦਾ ਇੱਜ਼ਤਾਂ ਨੂੰ ਬਚਾਉਣ ਦੇ ਲਈ ਆਪਦੀ ਰੱਖਿਆ ਕਰਨ ਦੇ ਲਈ ਸੋਚ ਮੈਟਰ ਕਰਦੀ ਆ ਹਥਿਆਰ ਦੇ ਪਿੱਛੇ ਜਿਹੜੀ ਸੋਚ ਹੁੰਦੀ ਆ ਇਸ ਕਰਕੇ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਪਹਿਲਾਂ ਸੋਚ ਸਮਝ ਕੇ ਬੋਲਿਆ ਕਰੋ ਸੋ ਇਨੀਆਂ ਗੱਲਾਂ ਕਰਨੀਆਂ ਸੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ